ਸੁਖਦੇਵ ਸਿੰਘ ਢੀਂਡਸਾ ਵੱਲੋਂ ਪਾਈ ਪੈਡ ਹੁਣ ਕਾਫਲਾ ਬਣ ਲੱਗੀ ਹੈ ਅਤੇ ਹੁਣ ਦੋ ਵਾਰ ਦੀ ਸੰਸਦ ਬੀਬੀ ਪਰਮਜੀਤ ਕੌਰ ਗੁਲਸ਼ਨ ਨੇ ਅਕਾਲੀ ਦਲ ਨੂੰ ਜ਼ੋਰ ਦਾ ਝਟਕਾ ਦਿੰਦਿਆਂ ਸੁਖਦੇਵ ਸਿੰਘ ਢੀਂਡਸਾ ਦੇ ਹੱਕ ਵਿੱਚ ਨਿਤਰਨ ਦਾ ਫੈਸਲਾ ਕੀਤਾ ਹੈ। ਬੀਬੀ ਗੁਲਸ਼ਨ ਦੀ ਨਾਰਾਜ਼ਗੀ ਦੀਆਂ ਕਨਸੋਹਾਂ ਪਿਛਲੇ ਲੰਬੇ ਸਮੇਂ ਤੋਂ ਮਿਲ ਰਹੀਆਂ ਸਨ ਅਤੇ ਆਖਿਰ ਉਹੀ ਹੋ ਗਿਆ ਜਿਸ ਦਾ ਡਰ ਸੁਖਬੀਰ ਬਾਦਲ ਨੂੰ ਸਤਾ ਰਿਹਾ ਸੀ। ਮਾਲਵੇ ਤੋਂ ਪਾਰਟੀ ਦਾ ਵੱਡਾ ਦਲਿਤ ਚਿਹਰਾ ਬੀਬੀ ਪਰਮਜੀਤ ਕੌਰ ਗੁਲਸ਼ਨ ਦੇ ਚਲੇ ਜਾਣ ਨਾਲ ਸੰਗਰੂਰ ਦੇ ਬਰਨਾਲਾ 'ਚ ਪਹਿਲਾਂ ਹੀ ਢੀਂਡਸਾ ਪਰਿਵਾਰ ਵੱਲੋਂ ਲਾਈ ਸੰਨ ਤੋਂ ਪਰੇਸ਼ਾਨ ਬਾਦਲ ਪਰਿਵਾਰ ਲਈ ਹੁਣ ਬਠਿੰਡਾ ਤੋਂ ਲੈ ਕੇ ਫਿਰੋਜ਼ਪੁਰ ਫਰੀਦਕੋਟ ਤੱਕ ਵੱਡਾ ਨੁਕਸਾਨ ਝੱਲਣਾ ਪੈ ਸਕਦਾ ਹੈ ਕਿਉਂਕਿ ਬੀਬੀ ਗੁਲਸ਼ਨ ਸਮੇਤ ਅਕਾਲੀ ਦਲ ਦੇ ਜੁਆਇੰਟ ਸੈਕਟਰੀ ਭੋਲਾ ਸਿੰਘ ਗਿੱਲ, ਸਾਬਕਾ ਜ਼ਿਲ੍ਹਾ ਪਰਿਸ਼ਦ ਚੇਅਰਮੈਨ ਰਾਜਵਿੰਦਰ ਕੌਰ ਸਮੇਤ ਉਹਨਾਂ ਦੇ ਹਮਾਇਤੀ ਅਕਾਲੀ ਦਲ ਨੂੰ ਹਮੇਸ਼ਾ ਲਈ ਅਲਵਿਦਾ ਕਹਿ ਗਏ ਹਨ। ਤਾਂ ਇਸ ਦਰਮਿਆਨ ਅਕਾਲੀ ਦਲ ਖਾਸ ਕਰ ਸਿੱਧਾ ਸੁਖਬੀਰ ਬਾਦਲ ਨੂੰ ਘੇਰਦਿਆਂ ਸੁਖਦੇਵ ਸਿੰਘ ਢੀਂਡਸਾ ਨੇ ਕਿਹਾ ਕਿ ਸੁਖਬੀਰ ਬਾਦਲ ਭਲਾ ਇਹ ਦੱਸੇ ਕਿ ਉਸਦੀ ਅਕਾਲੀ ਦਲ ਲਈ ਕੀ ਕੁਰਬਾਨੀ ਹੈ, ਉਸਦੇ ਬਾਵਜੂਦ ਉਸਨੂੰ ਪ੍ਰਧਾਨ ਕਿਉਂ ਬਣਾਇਆ ਗਿਆ। ਸੁਖਦੇਵ ਸਿੰਘ ਢੀਂਡਸਾ ਨੇ ਕਿਹਾ ਕਿ ਉਸਦੀ ਖੁਦ 2022 ਜਾਂ SGPC ਚੋਣ ਲੜਨ ਦੀ ਕੋਈ ਇੱਛਾ ਨਹੀਂ, ਪਰ ਨਾਲ ਹੀ ਅਕਾਲੀ ਦਲ ਦੀ ਮੌਜੂਦਾ ਲੀਡਰਸ਼ਿਪ ਦੇ ਸਿਧਾਂਤਾਂ ਤੋਂ ਥਿੜਕਣ ਅਤੇ SGPC ਵਿੱਚ ਕਪੜਿਆਂ ਦੇ ਇਲਜ਼ਾਮ ਉਹਨਾਂ ਨੇ ਜ਼ਰੂਰ ਲਾਏ। ਢੀਂਡਸਾ ਪਰਿਵਾਰ ਵੱਲੋਂ ਹਲਕਾ ਸੰਗਰੂਰ ਬਰਨਾਲਾ 'ਚ ਅਕਾਲੀ ਦਲ ਵਿੱਚ ਲਾਈ ਸੰਨ ਨੇ ਹੁਣ ਤੱਕ ਅੰਦਰ ਖਾਤੇ ਆਪਣੀਆਂ ਖਵਾਹਿਸ਼ਾਂ ਦੱਬੀ ਬੈਠੇ ਆਗੂਆਂ ਨੂੰ ਇੱਕ ਵੱਡਾ ਮੌਕਾ ਅਤੇ ਮੰਚ ਦਿੱਤਾ ਹੈ ਅਤੇ ਅਕਾਲੀ ਦਲ ਦੀ ਮੌਜੂਦਾ ਲੀਡਰਸ਼ਿਪ ਦੇ ਖਿਲਾਫ ਹੁਣ ਵਿਰੋਧ ਦੀ ਸੁਰ ਖੁੱਲ੍ਹ ਕੇ ਬੁਲੰਦ ਹੋਣ ਲੱਗੀ ਹੈ। ਇੰਨਾ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਵਿੱਚ ਸਾਡੇ ਨਾਲ ਵਿਤਕਰਾ ਹੁੰਦਾ ਹੈ, SC ਨਾਲ ਅਤੇ ਸਾਡੇ ਜਿਹੜਾ ਦੂਜਾ ਵਰਗ ਹੈ, ਤੁਸੀਂ ਕਦੇ, ਮੈਂ ਤੁਹਾਨੂੰ ਇੱਕ ਐਗਜ਼ਾਮਪਲ ਦਿੰਦੀ ਹਾਂ, ਤੁਹਾਨੂੰ ਸਾਰਿਆਂ ਨੂੰ ਪਤਾ ਹੈ, ਕਦੇ ਇੱਕ ਜਿੱਤਿਆ ਹੋਇਆ MLA ਉਹਦੀ ਬਦਲੀ ਹੋਈ ਹੈ ਕਦੇ? ਦੱਸੋ ਮੈਨੂੰ, ਤੁਸੀਂ ਐਡੇ ਪ੍ਰੈਸ ਵਾਲੇ ਸਾਰੇ ਖੜ੍ਹੇ ਆ, ਕਦੇ ਬਦਲੀ ਹੁੰਦੀ ਹੈ? ਦਰਸ਼ਨ ਸਿੰਘ ਕੋਟਪੱਤਾ ਨੂੰ ਬਤੌਰ MLA ਭੁੱਚੋ ਭੇਜਿਆ, ਠੀਕ ਹੈ, ਫਿਰ ਉਹਨੂੰ ਭੁੱਚੋ ਵੀ ਨਹੀਂ ਰਹਿਣ ਦਿੱਤਾ, ਉਹਨੂੰ ਮਲੋਟ ਭੇਜਤਾ, ਮਲੋਟ ਵੀ ਨਹੀਂ ਰਹਿਣ ਦਿੱਤਾ, ਫਿਰ ਉਹਨੂੰ ਫਰੀਦਕੋਟ ਭੇਜਤਾ। ਇਹ ਜਲੀਲ ਪੁਣਾ ਨਹੀਂ ਤਾਂ ਹੋਰ ਕੀ ਹੈ? ਦੇਖੋ, ਜਿਹਦੇ ਤਾਂ ਕੋਈ ਸੈਲਫ ਰਿਸਪੈਕਟ ਆਪਣੇ ਆਪ ਨੂੰ ਸਮਝਦਾ ਹੋਊਗਾ, ਉਹ ਤਾਂ ਨਹੀਂ ਬਹਿੰਦਾ, ਉਹ ਤਾਂ ਫਿਰ ਵਿੱਚੋਂ ਨਿਕਲੂਗਾ ਆਪਦਾ ਗੁੱਸਾ ਲੈ ਕੇ ਵੀ ਦਿਖਾਊਗਾ ਵੀ। ਜਿਹਦੀ ਕੋਈ ਆਤਮ ਰਿਸਪੈਕਟ ਨਹੀਂ ਕਹਿੰਦਾ ਉਹ ਫਿਰ ਬੈਠਾ ਰਹਿੰਦਾ ਹਰ ਥਾਂ 'ਤੇ। ਮੈਂ ਤੁਹਾਨੂੰ ਦੱਸਦੀ ਹਾਂ ਵੀ ਦੇਖੋ, ਇੰਨੇ ਜ਼ਿਲ੍ਹੇ ਹੈ, ਕਦੇ ਸਾਡੀ ਮਤਲਬ ਕੋਈ ਜ਼ਿਲ੍ਹਾ ਪ੍ਰਧਾਨ ਬਣਾਇਆ, ਕੋਈ ਸਾਡਾ ਚੇਅਰਮੈਨ ਲਾਇਆ, ਕੋਈ ਸਾਡਾ ਚੰਗਾ ਅਫਸਰ ਕਿਤੇ ਲਾਇਆ? ਇਹ ਤੋਂ ਬਿਨਾਂ ਜੋ ਪਾਰਟੀ ਦੇ ਵਿੱਚ, ਦੇਖੋ ਜਿੱਥੇ ਪਾਰਟੀ ਨੌਕਰ ਚਲਾਉਣ, ਜਿਨ੍ਹਾਂ ਨੂੰ ਅਧਿਕਾਰ ਦਿੱਤੇ ਹੋਏ ਹੋਣ, ਪਾਰਟੀ ਨੇ ਅਧਿਕਾਰ ਦਿੱਤੇ ਹੋਣ, MP ਹੋਵੇ, MLA ਹੋਵੇ, ਚੇਅਰਮੈਨ ਹੋਵੇ, ਚੇਅਰਪਰਸਨ ਹੋਵੇ, ਉਹਦਾ ਤਾਂ ਕੋਈ ਫੈਸਲਾ ਨਹੀਂ ਮੰਨਿਆ ਜਾਂਦਾ। ਅਤੇ ਜਿਹੜੇ ਆ ਨੌਕਰ ਮੁਨਸ਼ੀ ਲਾਏ ਹੋਏ ਆ, ਉਹ ਕਹਿੰਦੇ ਵੀ ਸਾਡਾ ਕਹਿਣਾ ਮੰਨੋ, ਸਾਡੇ ਪੈਰੀਆਂ ਹੱਥ ਲਾਓ, ਸਾਨੂੰ ਸਲਾਮ, ਅਸੀਂ ਕਰ ਨਹੀਂ ਸਕਦੇ, ਕਿਉਂਕਿ ਸਾਡੇ ਪਰਿਵਾਰ ਦਾ ਵੀ ਇੱਕ ਸਟੇਟਸ ਹੈ, ਸਾਡੇ ਪਿਓ ਨੇ ਇੰਨੀਆਂ ਕੁਰਬਾਨੀਆਂ ਕੀਤੀਆਂ, ਅਤੇ ਅਸੀਂ ਕਿਉਂ ਇਹਨਾਂ ਦੇ ਨੌਕਰਾਂ, ਜਿੱਥੇ ਪਾਰਟੀ ਦੇ ਫੈਸਲੇ ਨੌਕਰ ਕਰਦੇ ਹੋਣ, ਤੁਸੀਂ ਆਪ ਸੋਚੋ ਵੀ ਉਹ ਪਾਰਟੀ ਕਿਤੇ ਕਾਮਯਾਬ ਹੋ ਸਕਦੀ ਹੈ? ਇਹ ਵੱਡੇ ਨੌਕਰ ਮੁਨਸ਼ੀ ਆ ਜਿਹੜੇ ਉਹਨਾਂ ਨੇ PA ਲਾਏ ਹੋਏ ਆ। ਹੁਣ ਮੈਂ ਤੁਹਾਨੂੰ ਸਰਬਜੀਤ ਦੀ ਗੱਲ ਦੱਸਦੀ ਹਾਂ, ਟੂਮ ਵਾਲੇ ਨੇ, ਉਹਦਾ ਤੁਹਾਨੂੰ ਸਾਰਿਆਂ ਨੂੰ ਪਤਾ ਵੀ ਉਹਨੇ ਅਸਤੀਫਾ ਦਿੱਤਾ, ਠੀਕ ਹੈ। ਕੱਲ੍ਹ ਜਿੰਨੇ ਉਹਨਾਂ ਦੇ PA ਸੀ, ਸਾਰੇ ਉਹਨਾਂ ਦੇ ਹਲਕੇ 'ਚ ਬਿਠਾ ਦੇ, ਜਿਹੜਾ ਪਤਾ ਸੀ ਵੀ ਉਹ ਉੱਥੇ ਜਾਣਗੇ, ਉਹਨਾਂ ਨੂੰ ਕਹਿਤਾ ਵੀ ਤੁਸੀਂ, ਕਿਸੇ ਨੇ ਉੱਥੇ ਜਾਣਾ ਨਹੀਂ, ਉਹਨਾਂ ਨੂੰ ਰੋਕ ਲਿਆ। ਉਹ ਕਹਿੰਦੇ ਵੀ ਪਹਿਲਾਂ ਤਾਂ ਮੈਂ 150 ਬੰਦਾ ਇਕੱਠਾ ਕਰਨਾ ਸੀ, ਹੁਣ ਮੈਂ 300 ਕਰੂੰਗਾ, ਕਰਕੇ ਦਿਖਾਊਂਗਾ ਮੈਂ। ਸੋ ਬਹੁਤ ਸਾਰੀਆਂ ਗੱਲਾਂ ਹੈ ਜਿਨ੍ਹਾਂ ਕਰਕੇ ਸਾਨੂੰ, ਬਾਕੀ ਜਿਹੜੇ ਜਿਵੇਂ ਢੀਂਡਸਾ ਸਾਹਿਬ ਨੇ ਵੀ ਦੱਸਿਆ, ਗਿਲਪਤੀ ਜੀ ਨੇ ਵੀ ਦੱਸਿਆ, ਸਾਹਿਬ ਨੇ ਵੀ ਦੱਸਿਆ ਵੀ 1920 ਦੇ ਵਿੱਚ ਜਿਹੜੀ ਪਾਰਟੀ ਇੱਕ ਸਿਧਾਂਤਾਂ ਦੇ ਤੌਰ 'ਤੇ ਬਣੀ ਸੀ, ਇੱਕ ਸਿਧਾਂਤਿਕ ਪਾਰਟੀ ਸੀ, ਸਿਧਾਂਤ ਸੀ ਕੁਛ ਪਾਰਟੀ ਦੇ, ਪਰ ਹੁਣ ਤਾਂ ਜਦੋਂ ਕੋਈ ਸਿਧਾਂਤ ਹੀ ਨਹੀਂ ਰਿਹਾ, ਕੋਈ ਬਰਾਬਰਤਾ ਹੀ ਨਹੀਂ ਰਹੀ, ਸਾਰੇ ਸਿਧਾਂਤ ਖਤਮ ਕਰਤੇ ਆ, ਅਤੇ ਹੁਣ ਅਸੀਂ ਤਾਂ ਜਿਹੜੀ ਸਾਡੀ ਲੜਾਈ ਆ ਅਸਲੀ, ਉਹ ਸਿਧਾਂਤਿਕ ਲੜਾਈ ਆ, ਸਿਧਾਂਤਾਂ ਦੇ ਲਈ ਅਸੀਂ ਲੜਨਾ। ਔਰ ਇਹ ਕਾਫਲਾ ਜਿਹੜਾ ਸੰਗਰੂਰ ਤੋਂ ਅਤੇ ਪੰਜਾਬ ਦੇ ਬਾਕੀ ਸਾਰੇ ਹਲਕਿਆਂ 'ਚੋਂ ਚੱਲਿਆ, ਉਸ ਕਾਫਲੇ ਦੇ ਅਸੀਂ ਅੱਜ ਹਿੱਸਾ ਬਣੇ ਹਾਂ। ਅਸੀਂ ਢੀਂਡਸਾ ਸਾਹਿਬ ਨੂੰ ਇਹ ਵਿਸ਼ਵਾਸ ਦਿਵਾਉਂਦੇ ਹਾਂ ਕਿ ਅਸੀਂ ਤੁਹਾਡੀਆਂ ਬਾਹਾਂ ਬਣ ਕੇ, ਥੰਮ ਬਣ ਕੇ, ਅਸੀਂ ਇਸ ਮਕਸਦ ਦੇ ਵਿੱਚ, ਉਹ ਪਾਰਟੀ ਜਿਹੜੀ ਸਿਧਾਂਤਾਂ 'ਤੇ ਬਣੀ ਸੀ 1920 ਦੇ ਵਿੱਚ, ਉਸ ਨੂੰ ਉਸੇ ਪੱਧਰ 'ਤੇ ਲਿਆਉਣ ਵਾਸਤੇ ਅਸੀਂ ਤੁਹਾਡਾ ਹਰ ਕਦਮ 'ਤੇ ਸਾਥ ਦੇਵਾਂਗੇ। ਅੱਜ ਸਾਡਾ ਇਹ ਪਹਿਲਾ ਕਦਮ ਸੀ, ਇੱਕ ਸਿਰਫ ਚਾਹ ਦਾ ਕੱਪ ਹੀ ਨਾ, ਪਰ ਤੁਸੀਂ ਦੇਖਿਆ ਜਿੰਨੀ ਸੰਗਤ ਆ ਗਈ ਹੈ, ਅਸੀਂ ਇੰਨਾ ਸੋਚਿਆ ਨਹੀਂ ਸੀ ਵੀ ਇੰਨੀ ਸੰਗਤ ਸਾਡੇ ਕੋਲ ਆ ਜੂਗੀ, ਪਰ ਕਿਉਂਕਿ ਲੋਕਾਂ ਦੇ ਵਿੱਚ ਗੁੱਸਾ ਹੈ, ਨਾਰਾਜ਼ਗੀ ਹੈ, ਇਹ ਜਿਹੜਾ ਬਰਗਾੜੀ ਕਾਂਡ ਤੁਹਾਨੂੰ ਸਾਰਿਆਂ ਨੂੰ ਪਤਾ, ਸਾਡਾ ਪੰਥ, ਸਾਡਾ ਗ੍ਰੰਥ, ਸਾਡੀ SGPC ਸਾਰੀ ਦੀ ਸਾਰੀ ਸਾਡੀ ਬਿਲਕੁਲ ਹੀ, ਜਿਵੇਂ ਕਹਿ ਸਕਦੇ, ਜਿਹਦੀ ਦੁਨੀਆ ਦੇ ਵਿੱਚ ਤਾਕ ਸੀ,
ਦੁਨੀਆ ਤੋਂ ਕੋਈ ਆਉਂਦਾ ਸੀ ਉਹ ਦਰਬਾਰ ਸਾਹਿਬ ਮੱਥਾ ਟੇਕੇ ਤੋਂ ਬਿਨਾਂ ਨਹੀਂ ਜਾਂਦਾ। ਅਤੇ ਅੱਜ ਲੋਕਾਂ ਦੀਆਂ ਗੱਲਾਂ ਸੁਣ ਲਓ ਕਿ ਜਿਹੜੀ ਉਹ ਗੋਲਕ ਜਿਹੜੀ ਸਾਡੀ ਗੁਰੂ ਨੇ ਗਰੀਬਾਂ ਵਾਸਤੇ ਬਣਾਈ ਸੀ ਉਹ ਵਪਾਰ ਵਾਸਤੇ ਲੱਗ ਰਹੀ ਹੈ। ਹੁਣ ਪਾਰਟੀ ਪਾਰਟੀ ਨਹੀਂ ਰਹੀ, ਪਾਰਟੀ ਵਪਾਰਕ ਪਾਰਟੀ ਧੰਦਾ ਬਣ ਗਈ ਹੋਈ ਹੈ, ਵਪਾਰ ਕਰਨ ਲੱਗ ਗਈ ਪਾਰਟੀ। ਜਦੋਂ ਠੇਕੇ ਪਾਰਟੀਆਂ ਦੇਣ ਲੱਗ ਜਾਣ ਤਾਂ ਫਿਰ ਉਹ ਕੁਦਰਤੀ ਤੌਰ 'ਤੇ ਕਹਿਣ ਦੀ ਲੋੜ ਹੀ ਨਹੀਂ। ਉਹ ਹਰਚਰਨ ਸਿੰਘ ਇਹਨਾਂ ਨੇ ਲਾਇਆ ਸੀ ਨਾ, ਉਹਨਾਂ ਨੇ ਦੱਸਿਆ ਹੀ ਹੈ ਨਾ ਵੀ ਕਿਵੇਂ ਕਰੋੜ ਕਰੋੜ ਰੁਪਈਆ ਜਿਹੜਾ ਉਹ ਜਾਂਦਾ ਗੁਰੂ ਦੀ ਗੋਲਕ 'ਚੋਂ ਇਹਨਾਂ ਵਾਸਤੇ। ਸੋ ਅਸੀਂ ਸਿਧਾਂਤਾਂ ਵਾਸਤੇ ਲੜਨਾ। ਜਿਹੜੀ 1920 'ਚ ਸਾਡੇ ਸਾਰਿਆਂ ਦੇ ਬਜ਼ੁਰਗਾਂ ਨੇ ਜੇਲ੍ਹਾਂ ਕੱਟ ਕੱਟ ਕੇ ਤਸੀਹੇ ਝੱਲ ਝੱਲ ਕੇ ਉਹਨਾਂ ਦੇ ਪਰਿਵਾਰਾਂ ਨੇ ਤਸੀਹੇ ਝੱਲੇ ਸੀ, ਉਸ ਪਾਰਟੀ ਨੂੰ ਅਸੀਂ ਖੜ੍ਹਾ ਕਰਨ ਵਾਸਤੇ ਸਰਦਾਰ ਸੁਖਦੇਵ ਸਿੰਘ ਜੀ ਢੀਂਡਸਾ ਸਾਹਿਬ ਦੀ ਅਗਵਾਈ ਦੇ ਵਿੱਚ ਅਸੀਂ ਅੱਜ ਇਸ ਕਾਫਲੇ ਦੇ ਨਾਲ ਸਾਰੇ ਵੱਡੀ ਤਾਦਾਦ ਦੇ ਵਿੱਚ ਔਰ ਆਉਣ ਵਾਲੇ ਸਮੇਂ ਦੇ ਵਿੱਚ ਮੈਂ ਤੁਹਾਨੂੰ ਦੱਸ ਦਿੰਦੀ ਹਾਂ ਕਿ ਬਹੁਤ ਵੱਡੇ ਸਾਡਾ ਸੰਪਰਕ ਹੈ। ਥੋੜ੍ਹੇ ਦੇਰ ਤੱਕ ਅਸੀਂ ਰਾਮਪੁਰਾ ਫੂਲ ਦੇ ਸਾਰੇ ਬਹੁਤ ਸਾਰੇ ਅਹੁਦੇਦਾਰ ਹੈ ਜਿਨ੍ਹਾਂ ਨਾਲ ਸਾਡਾ ਤਾਲਮੇਲ ਬਣਿਆ ਹੋਇਆ। ਉੱਥੇ ਅਸੀਂ ਪਰਮਿੰਦਰ ਜੀ ਆਉਣਗੇ, ਉਹ ਵੀ ਅਸੀਂ ਬਹੁਤ ਵੱਡੀ ਮੀਟਿੰਗ ਕਰਾਂਗੇ। ਉਹ ਤੋਂ ਬਾਅਦ ਫਿਰ ਹੌਲੀ ਹੌਲੀ ਅਸੀਂ, ਕਿਉਂਕਿ ਕਾਫਲਾ ਜੁੜਦਾ 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 ਵੱਡਾ ਬਣਦਾ, ਇੱਕਦਮ ਨਹੀਂ। ਜਦੋਂ ਆਪਾਂ ਪੈਰ ਰੱਖਦੇ ਹਾਂ ਇੱਕ ਹੁੰਦਾ, ਦੋ ਹੁੰਦੇ, 10-20-40 ਇੱਦਾਂ ਜੁੜਦੇ ਜਾਂਦੇ ਆ। ਸੋ ਹੌਲੀ ਹੌਲੀ ਅਸੀਂ ਜੁੜ ਕੇ ਬਹੁਤ ਵੱਡਾ ਕਾਫਲਾ ਬਣਾ ਕੇ ਸਾਡੀ ਇਹ ਕੋਸ਼ਿਸ਼ ਹੈ। ਪਰਮਾਤਮਾ ਅੱਗੇ ਅਰਦਾਸ ਹੈ ਕਿ ਵਾਹਿਗੁਰੂ ਇਹਨਾਂ ਨੂੰ ਵੀ ਸ਼ਕਤੀ ਬਖਸ਼ੇ ਅਤੇ ਜਿਹੜੇ ਇਹਨਾਂ ਦੇ ਨਾਲ ਹੈ ਉਹਨਾਂ ਨੂੰ ਵੀ ਸ਼ਕਤੀ ਬਖਸ਼ੇ। ਮੈਂ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਕਰਦਾ। ਇੱਕ ਮਿੰਟ ਮੈਂ ਗੱਲ ਕਰਨੀ, ਇੱਕ ਤਾਂ ਉਹਨਾਂ ਦੀ ਛੋਟੀ ਗੱਲ ਦੱਸਦਿਆਂ ਅੱਜ ਸਾਰਿਆਂ ਨੂੰ ਉਹਦੇ 'ਚ ਆਉਣਾ ਚਾਹੀਦਾ ਸੀ, ਅਤੇ ਹੁਣ ਵੀ ਬਜਾਏ ਇਸ ਦੇ ਕਿ ਉੱਥੇ ਝਗੜੇ ਹੋਣ, ਬੈਠ ਕੇ ਦੋਨੇ ਧਿਰਾਂ ਨੂੰ ਬੈਠ ਕੇ ਕੋਈ ਨਾ ਕੋਈ ਹੱਲ ਲੱਭਣਾ ਚਾਹੀਦਾ ਹੈ। ਜੇਕਰ ਤੁਹਾਨੂੰ ਸਾਡਾ ਇਹ ਉਪਰਾਲਾ ਚੰਗਾ ਲੱਗਾ ਹੈ ਤਾਂ ਇਸ ਨੂੰ ਲਾਈਕ ਕਰੋ, ਸ਼ੇਅਰ ਕਰੋ ਅਤੇ ਸਾਡੇ ਯੂਟਿਊਬ ਚੈਨਲ ਨੂੰ ਸਬਸਕ੍ਰਾਈਬ ਕਰੋ।